ਅੱਜ ਜੀ April 4 ਤੇ ਟਾਈਮ ਹੈਗਾ ਆ ਸ਼ਾਮ ਦਾ 6:43 ਹੋ ਚੁੱਕੇ ਆ ਸ਼ਾਮ ਦੇ ਤੇ April 4 ਨੂੰ ਤੇ ਇਹ ਹੈਗਾ ਸ਼ਾਮ ਨੂੰ ਵਲੌਗ ਮੈਂ ਸਟਾਰਟ ਅੱਜ ਹੀ ਕਰ ਰਹੀ ਆ ਤੇ ਇੱਥੇ ਜੀ ਮੈਂ ਰੱਖਿਆ ਹੋਇਆ ਦੁੱਧ ਇੱਕ ਗੈਲਨ ਆ ਅਰਾਊਂਡ 3.5 ਲੀਟਰ ਤੋਂ ਉੱਪਰ ਹੀ ਅਰਾਊਂਡ 4 ਲੀਟਰ ਹੋਊਗਾ ਤੇ ਪੂਰੇ ਵੀਕ ਦਾ ਯੋਗਰਟ ਮੈਂ ਬਣਾ ਕੇ ਰੱਖ ਲੈਣਾ ਆ ਸੋਚਿਆ ਕਿ ਹੁਣੀ ਵਲੌਗ ਸ਼ੁਰੂ ਕਰ ਲੈਣੀ ਆ ਕਿਉਂਕਿ ਜਿਹੜਾ ਅੱਜ ਦਾ ਵਲੌਗ ਸੀ ਉਹ ਜਲਦੀ ਹੀ ਫਿਨਿਸ਼ ਹੋ ਚੁੱਕਾ ਸੀ ਤੁਹਾਨੂੰ ਪਤਾ ਕਿ ਜੇ ਤੁਸੀਂ ਨਹੀਂ ਵਲੌਗ ਉਹ ਵਾਲਾ ਦੇਖਿਆ ਨਾ ਤਾਂ ਜਰੂਰ ਜਾ ਕੇ ਦੇਖਿਓ ਜਿਸ ਵਿੱਚ ਮੈਂ ਰੈਡੀ ਸ਼ੈਡੀ ਹੋਈ ਸੀ ਪੂਰਾ ਤੇ ਹਸਬੈਂਡ ਨੇ ਮੇਰੀ ਵੀਡੀਓ ਬਣਾਈ ਸੀ ਤਾਂ ਮੈਂ ਉਹਨਾਂ ਦੀ ਬਣਾਈ ਸੀ ਉਹਨਾਂ ਮੇਰੀ ਬੇਟੀ ਨੇ ਤੇ ਹਸਬੈਂਡ ਨੇ ਜਿਹੜੀ ਮੇਰੀ ਤਾਰੀਫ ਕੀਤੀ ਹੈ ਜਿਹਦੇ ਤੋਂ ਮੈਂ ਖੁਸ਼ ਨਹੀਂ ਸੀ ਤੇ ਉਹ ਤੁਸੀਂ ਜਾ ਕੇ ਵਲੌਗ ਜ਼ਰੂਰ ਦੇਖਿਓ ਹਸਬੈਂਡ ਜਿਹੜੇ ਆ ਜੀ ਜੌਬ ਤੋਂ ਆ ਚੁੱਕੇ ਆ ਤੇ ਆਪਣੀਆਂ ਵਾਕ ਜਿਹੜੇ ਸਟੈਪਸ ਆਪਣੇ ਪੂਰੇ ਕਰ ਰਹੇ ਆ ਤੇ ਮੈਟਰਸ ਵਗੈਰਾ ਲਗਾਤਾ ਆ ਆਪਾਂ ਮੈਡੀਸਨ ਵਾਲਾ ਡੱਬਾ ਅੰਦਰ ਰੱਖ ਦਿੰਦੇ ਹਾਂ ਚੁੱਕ ਕੇ ਹਜੇ ਖਾਧੀ ਨਹੀਂ ਓਕੇ ਓਕੇ ਚਲੋ ਫਿਰ ਇੱਥੇ ਟੇਬਲ 'ਤੇ ਰੱਖ ਦਿੰਦੇ ਪਤਾ ਨਹੀਂ ਸਾਰਿਆਂ ਨੂੰ ਕੀ ਆਦਤ ਹੁੰਦੀ ਹੈ ਮੇਰੇ ਸੋਫੇ 'ਤੇ ਹੀ ਸਾਰਾ ਕੁਛ ਰੱਖੀ ਜਾਂਦੇ ਰਹਿੰਦੇ ਪੂਰਾ ਦਿਨ ਮੈਂ ਸੋਫੇ ਕਲੀਨ ਕਰਨ 'ਤੇ ਸੈੱਟ ਕਰਨ 'ਤੇ ਹੀ ਪੂਰਾ ਦਿਨ ਮੇਰਾ ਨਿਕਲ ਜਾਂਦਾ ਇੱਕ ਤੋਂ ਦੂਜੀ ਚੀਜ਼ ਪਤਾ ਨਹੀਂ ਇਹਨਾਂ ਨੂੰ ਸਾਰਿਆਂ ਦਾ ਫੇਵਰੇਟ ਆ ਅਤੇ ਟੇਬਲ ਨੂੰ ਕਦੇ ਜੀ ਕਿਸੇ ਨੇ ਹੱਥ ਨਹੀਂ ਲਾਇਆ ਮੇਰਾ ਫੇਵਰੇਟ ਟੇਬਲ ਆ ਕਹਿਣਾ ਬਣਾ ਟੇਬਲ ਦੀਆਂ ਤਾਰੀਫਾਂ ਕਰਦੀ ਰਹਿੰਦੀ ਸੱਚੀ ਮੈਨੂੰ ਸੋਫਾ ਅਤੇ ਟੇਬਲ 737 ਦਾ ਹੋ ਚੁੱਕਿਆ ਹੈ ਤਾਂ ਮੈਂ ਨਾਲ ਤੋਂ ਦੇਖ ਕੇ ਦੱਸ ਰਹੀ ਸੀ ਅਤੇ ਅੱਜ ਲਾਇਆ ਸੀ ਨਾ ਆਈਲਾਈਨਰ ਵਗੈਰਾ ਸੂਟ ਪਾਇਆ ਸੀ ਅਤੇ ਫਿਰ ਆਈਲਾਈਨਰ ਜਿਹੜਾ ਪੈਨਸਲ ਟਾਈਪ ਵਾਲਾ ਨਹੀਂ ਹੁੰਦਾ ਹੈਗਾ ਗਾ ਉਹ ਵਾਲਾ ਸੀ ਅਤੇ ਮੈਂ ਕੋਕੋਨਟ ਆਇਲ ਦੇ ਨਾਲ ਫੇਸ ਨੂੰ ਕਲੀਨ ਕਰੂੰਗੀ ਕਾਫੀ ਦਿਨਾਂ ਤੋਂ ਮੈਂ ਕੀਤਾ ਨਹੀਂ ਸੋਪ ਮੈਂ ਬਹੁਤ ਘੱਟ ਫੇਸ ਦੇ ਉੱਪਰ ਲਗਾਉਂਦੀ ਹਾਂ ਕਿਉਂਕਿ ਉਹਦੇ ਨਾਲ ਤੁਹਾਡੀ ਸਕਿਨ ਵੀ ਸੋਫਟ ਰਹਿੰਦੀ ਜੇ ਤੁਸੀਂ ਜ਼ਿਆਦਾ ਸੋਪ ਨਹੀਂ ਯੂਜ਼ ਕਰਦੇ ਅਤੇ ਤੁਹਾਡੇ ਰਿੰਕਲਸ ਵਗੈਰਾ ਤੋਂ ਵੀ ਫੇਸ ਜਿਹੜਾ ਤੁਹਾਡਾ ਸਹੀ ਰਹਿੰਦਾ ਮੈਂ ਤੁਹਾਡੇ ਸਾਹਮਣੇ ਨਾ ਭੂਤ ਬਣ ਜਾਣਾ ਸਾਫ਼ ਕਰਕੇ ਬਾਕੀ ਤਾਂ ਮੇਕਅਪ ਵੈਸੇ ਵੀ ਲਾਇਆ ਨਹੀਂ ਹੈਗਾ ਮੈਂ ਕੁਛ ਵੀ ਸਿਰਫ ਆਪਣਾ ਮੋਇਸਚਰਾਈਜ਼ਰ ਹੀ ਲਾਇਆ ਸੀ ਹੋਰ ਨਹੀਂ ਕੁਛ ਲਾਇਆ ਹੈਗਾ ਬਸ ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਡਾ ਜਿਹਾ ਬਣ ਜਾਣਾ ਹੁਣ ਬਸ ਮੈਂ ਦੇਖੋ ਸੱਚ ਮਸਕਾਰਾ ਵੀ ਲਾਇਆ ਸੀ ਚੇਤੇ ਬੋਲੇ ਜਾਂਦਾ ਮੈਨੂੰ ਮਸਕਾਰਾ ਵੀ ਲਾਇਆ ਸੀ ਮੈਂ ਐਂਡ ਚੰਗੀ ਤਰ੍ਹਾਂ ਮਸਾਜ ਦੀ ਕਰਕੇ 2 ਤੋਂ 3 ਮਿੰਟ ਫਿਰ ਇਹ ਵਾਲਾ ਦੇਖ ਮੈਂ ਵਾਸ਼ ਕਲੋਥ ਰੱਖਿਆ ਆ ਉਹ ਬਸ ਵਾਸ਼ ਕਲੋਥ ਰੱਖਿਆ ਇਹਨੂੰ ਗਰਮ ਪਾਣੀ ਨਾਲ ਸਕੂਈਜ਼ ਕਰਕੇ ਫੇਸ ਸਾਫ਼ ਕਰਦੀ ਹਾਂ ਮੈਂ ਇਹ ਦੇਖੋ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਮੈਂ ਸਕੂਈਜ਼ ਕਰ ਲਿਆ ਹੁਣ ਬਸ ਕਲੀਨ ਕਰਨਾ ਕਿੰਨੀ ਜਲਦੀ ਹੋ ਜਾਂਦਾ ਇਹਦੇ ਨਾਲ ਜੇ ਤੁਸੀਂ ਵੀ ਕਰਦੇ ਹੋ ਤਾਂ ਬਹੁਤ ਵਧੀਆ ਚੀਜ਼ ਆ ਦੇਖੋ ਨਾਲ ਹੀ ਨਾਲ ਬਸ ਹੁਣ ਸਾਫ਼ ਕਰ ਲਉਂਗਾ ਚੰਗੀ ਤਰ੍ਹਾਂ ਦੇਖ ਕਿੰਨੀ ਵਧੀਆ ਤਰੀਕੇ ਦੇ ਨਾਲ ਪੂਰਾ ਮੇਕਅਪ ਰਿਮੂਵ ਹੋ ਜਾਂਦਾ ਇਹਦੇ ਤੋਂ ਬਾਅਦ ਮੈਂ ਕੀ ਕਰਨਾ ਆ ਐਲੋਵੇਰਾ ਜੈਲ ਜਿਹੜੀ ਆ ਨਾ ਥੋੜ੍ਹੀ ਜਿਹੀ ਲੈ ਕੇ ਉਹਦੇ ਨਾਲ ਫੇਸ ਨੂੰ ਸਾਫ਼ ਕਰਨਾ ਅਤੇ ਸਟੈਲ ਬਸ ਫਿਰ ਮੋਇਸਚਰਾਈਜ਼ਰ ਲਗਾ ਲੈਣਾ ਕੋਈ ਵੀ ਸਕਿਨ ਰੂਟੀਨ ਆਪਣੀ ਜ਼ਰੂਰ ਰੱਖਣੀ ਚਾਹੀਦੀ ਆ ਤੁਹਾਨੂੰ ਬਸ ਹੁਣ ਥੋੜ੍ਹਾ ਜਿਹਾ ਮੈਂ ਕੋਲਡ ਪਾਣੀ ਨਾਲ ਵਾਸ਼ ਕਰਕੇ ਐਲੋਵੇਰਾ ਜੈਲ ਨਾਲ ਪਹਿਲਾਂ ਸਾਫ਼ ਕਰ ਲੈਣਾ ਮੈਂ ਚੰਗੀ ਤਰ੍ਹਾਂ ਬਾਅਦ ਵਿੱਚ ਪਹਿਲਾਂ ਕੋਲਡ ਪਾਣੀ ਨਾਲ ਵਾਸ਼ ਕਰੂੰਗੀ ਫਿਰ ਐਲੋਵੇਰਾ ਜੈਲ ਦੇ ਨਾਲ ਦੈਨ ਟੋਨਰ ਅਤੇ ਦੈਨ ਮੋਇਸਚਰਾਈਜ਼ਰ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਇਹ ਵਾਲੀ ਐਲੋਵੇਰਾ ਜੈਲ ਲੈ ਕੇ ਫੇਸ ਨੂੰ ਚੰਗੀ ਤਰ੍ਹਾਂ ਇੰਨਾ ਸਾਫ਼ ਕਰ ਲੈਣਾ ਅਤੇ ਫਿਰ ਜਿਹੜਾ ਵੀ ਕੋਈ ਆਇਲ ਕੁਛ ਵੀ ਤੁਸੀਂ ਮੋਇਸਚਰਾਈਜ਼ਰ ਲਾਉਣਾ ਉਹ ਵੀ ਲਾ ਸਕਦੇ ਹਾਂ ਮੈਂ ਤਾਂ ਮੂੰਹ ਸਾਫ਼ ਕਰਨ ਲੱਗੀ ਸੀ ਮੈਂ ਕਿਹਾ ਤੁਹਾਨੂੰ ਵੀ ਦਿਖਾ ਦੇਵਾਂ ਅੱਜ ਮੈਂ ਕੀ ਕਰ ਰਹੀ ਹਾਂ ਕਿੰਨੇ ਟਾਈਮ ਬਚ ਕਿਉਂਕਿ ਮੇਕਅਪ ਵੈਸੇ ਵੀ ਮੈਂ ਯੂਜ਼ ਨਹੀਂ ਕਰਦੀ ਹੈਗੀ ਗੀ ਜਦੋਂ ਦੀ ਯੂਜ਼ ਨਹੀਂ ਕਰਦੀ ਨਾ ਉਦੋਂ ਦੀ ਵੀ ਸਕਿਨ ਮੇਰੀ ਸਹੀ ਹੋਈ ਹੈ ਸਹੀ ਦੱਸਣ ਦਾ ਜਦੋਂ ਮੈਂ ਹੁਣ ਫਾਊਂਡੇਸ਼ਨ ਵਗੈਰਾ ਤਾਂ ਬਿਲਕੁਲ ਮੈਨੂੰ ਲਾਈ ਨੂੰ ਬਹੁਤ ਟਾਈਮ ਹੋ ਗਿਆ ਮੈਂ ਲਾਉਂਦੀ ਨਹੀਂ ਹੁਣ ਸ਼ੁਕਰ ਆ ਸਕਿਨ ਸਾਫ਼ ਰਹਿੰਦੀ ਆ ਤਾਂ ਦਿਲ ਵੀ ਨਹੀਂ ਕਰਦਾ ਜਦੋਂ ਕੁਛ ਫੇਸ ਦੇ ਉੱਪਰ ਹੁੰਦਾ ਫਿਰ ਹਾਈਡ ਕਰਨ ਲਈ ਅਸੀਂ ਲਾਉਂਦੇ ਹਾਂ ਫਿਰ ਹੋਰ ਖਰਾਬ ਹੋਣ ਲੱਗ ਜਾਂਦਾ ਉਹਦੇ ਨਾਲ ਅੱਜ ਆ ਜੀ April ਅੱਜ ਹੈਗੀ ਅੱਜ ਕੀ ਆ April 5 ਆ ਅਤੇ ਬੇਟਾ ਸਕੂਲ ਜਾ ਚੁੱਕਾ ਆ ਤਾਂ ਟਾਈਮ ਹੋ ਚੁੱਕਿਆ ਆ 8:35 ਦਾ ਹੋ ਚੁੱਕਾ ਸਵੇਰ ਦਾ ਪਤਾ ਨਹੀਂ ਕਿਉਂ ਮੈਨੂੰ ਨੀਂਦ ਜੀ ਆ ਰਹੀ ਆ ਰਾਤ ਵੀ ਪਰ ਸੁੱਤੀ ਰਹੀ ਆ ਥੋੜ੍ਹੀ ਜਿਹੀ ਅੱਖ ਖੁੱਲ੍ਹਦੀ ਰਹੀ ਆ ਬਾਰ ਬਾਰ ਅਤੇ ਹਸਬੈਂਡ ਗਏ ਆ ਬੇਟੇ ਨੂੰ ਡਰੋਪ ਕਰਨ ਅਤੇ ਮੈਂ ਬਸ ਥੋੜ੍ਹਾ ਜਿਹਾ ਟਾਈਮ ਬਸ ਐਵੇਂ ਫੋਨ ਨਹੀਂ ਤਾਂ ਆਪਾਂ ਯੂਜ਼ ਕਰਦੇ ਰਹਿੰਦੇ ਬਸ ਫੋਨ ਵਗੈਰਾ ਯੂਜ਼ ਕਰਨ ਦੇ ਵਿੱਚ ਮੈਂ ਲੱਗੀ ਹੋਈ ਸੀ ਅਤੇ ਬਾਹਰ ਅੱਜ ਹਜੇ ਨਿਕਲ ਕੇ ਮੈਂ ਦੇਖਿਆ ਨਹੀਂ ਹੈਗਾ ਬਾਰਿਸ਼ ਵੀ ਵਾਲਾ ਮੌਸਮ ਲੱਗਦਾ ਜਿਹਦਾ ਨਾ ਧੁੰਦ ਵਗੈਰਾ ਜੀ ਆ ਅਤੇ
बाहर कोई गड्डी चा ताई करके फिर मैं बाहर नहीं निकल रही अजे। बाहर मैं लगता कोई काम ते जाण नूं गड्डी विच बैठा ताई मैं फिर बाहर निकली नहीं हैगी। घर दे मेरे सारे काम हजे पए हुए आ ते बस हसबैंड दी वेट करनी। पहला हजे चाह नहीं पीती हैगी, चाह पीनी आ। चाह वगैरह पी के ब्रेकफास्ट खा के उहदे तों बाद जिहड़े वी काम आ घर दे सारा देख सकदे आ तुसीं, सारा कुछ पिया आ हजे ते फिर करदे आ घर दे काम जिहड़े वी हुंदे आ मेरे। अज्ज मेरी रूटीन भी मैनूं कुछ नहीं पता है। क्लीनिंग दी तां पता ही हुंदा कि 1-2 आवर लगने आ, डिनर होना ही होना आ, ब्रेकफास्ट बनना ही बनना आ। उहदे तों बिना किहड़े काम आ उह मैं हजे सोचूंगी कि की करन वाला आ। घर हो चुका जी सारा क्लीन ते टाइम टाइम कितना हो चुका है, टाइम 12 बजन वाले 11:50 हो गया। तो हुण बस मैं तुहानू एक चीज़ दिखानी आ जिहड़ा मैनू हुण टाइम लगना ओनली हजे तां मेरे ही आ। दस्ते कपड़े वो सारे मेरे कपड़े आ, हुण इन्हां नूं सारे नूं फोल्ड करूँगी एंड फिर मैं ड्रॉअर रखदी हाँ। काफ़ी टाइम लग जाना देखा नूं ना, उन्हें ज़्यादा नहीं लगते पर काफ़ी सारे आ मेरे। जदों ना उगड़ दुगड़ जे कपड़े नहीं हो जाते तो फिर जगह बहुत रोकते इधर उधर हो जाते रहते। हम मैं सारे सैट कर देव पूरी तरह ना, कोई मैं कितने सुटिया आ, कई मैं पाए भी नहीं आ। मैं ड्रैस जी एक लई सी पाई है नहीं कदे, नाले अज देखदी हाँ की इन्हां च पाउणा आ ते रख दें फिक्स करके। ना तुहाडी जॉब किन्ने बजे आ, तुहाडी जॉब किन्ने बजे आ, तुसीं किन्ने बजे आना? एक जदों ना इधर उधर नहीं कुशनस हो जाते, मैनू पता नहीं की अजीब जिहा तरह हो जाता हुंदा। पूरी चीज़ ना हर एक चीज़ अपनी अपनी जगह पर होनी चाहिए आ। जदों गई इधर उधर हुंदी आ तो मेरा यही हाल रहिंदा बस कि पूरी टिकाने जिहे ते होवे सारियां चीज़ां सी। पता नहीं कदों जदों बैठते बूठते हो जाता है थोड़ा जिहा, फिर थोड़ा जिहा चंगा भी लगता है कि पिया सही। हाँ ठीक है, हाँ मैं लगती हूँ कपड़े करने लिए फोल्ड। वाल जो मैं उपर चंगी तरह बन ले तो आप चौंकड़ी मार के बैठ गए हैं कपड़े फोल्ड करने लिए। हसबैंड होनी है ना बहर, उन्होंने जाना से किसी काम में गए तो ना ही वापस आ गए तो मैं एकदम टेंशन हुई कि क्यों वापस कह तो आ गए, तुम गए नहीं है ना हेयर कट करवा जाना से उन्होंने। कहते वैसे ही मुड़े आया, मैं कहा तबीयत सही है तुम्हारी? कहते हाँ तबीयत तो मेरी ठीक है, तो बहर रेन होने लग पी। मैं कहा दस्या तो है नहीं सी है ना वैदर, बस गल्लां गल्लां करदे ही। तो इंडिया वेच भी जिदा हालात तुसीं देख रहे होने, रेन ने किन्ना बुरा हाल किया, इन्ना बारिश हो रही है तो किसानों का बेचारे का ना तुहानू रोना आता देख के उन्होंने हालात। परमात्मा सुख रखे, अजकल वैदर का बिल्कुल नहीं पता लगता। इत्थे भी देख लो मैनू हुण इन्ने साल हो गए कदे भी मतलब इत्थे होया नहीं हैगा कोई पानी की कुछ किसी भी तरह की कोई लाइट की कदे प्रॉब्लम आई होवे, तो कदे नहीं इस तरह का होंदा। पर तुसीं 2 साल पहला मेरी वीडियो देखियो, 2 साल पहला मैं पोस्ट कीतियां सी जदों मेरे पूरे घर च फ्लड आ गया सी ते सारा फर्नीचर मेरा खराब हो गया सी, सारा कुछ घर दा खराब हो गया सी। हजे भी मेरी रूह कंब जांदी आ उह सारा कुछ याद करके। ते इंडिया तां उहनां कोल विचारां कोल कोई जमा पूंजी भी नहीं हुंदी हैगी, तां उही हैंड टू माउथ हुंदे आ। ते परमात्मा सुख रखे ते सारिआं ते अपनी मेहर बनाई रखे। ते मन बड़ा खराब हुंदा आ तुहाडा सुण के इह सारा कुछ, सच्ची मौसम का नहीं पता लगता अजकल। मोस्टली मेरे सारे कपड़े हो चुके हैं, बस आ थोड़े जे जिहड़े पए आ सूटां वगैरह दे, थोड़े सलवार वगैरह पईआं आ ते चुन्नियां वगैरह दुपट्टे, सारे कपड़े फिक्स हो गए। तो जल्दी जल्दी आप ड्रॉअर च रख दिंदी हाँ हुण मैं। तो इस तरह मैं ड्रॉअर च रख दिते आ ते इक हजे होर थल्ले आ वी रखणे आ इस तरह करके। इधर वाले सारे मेरे जिदा नाइट सूट वगैरह टी शर्ट वगैरह ते थोड़े 2-3 पिछे ड्रैसिस रख दियाँ। काफ़ी बिग जगह इन्हां च कपड़े सारे मैं रखते। देखो खाली हो चुके बैड मेरा 2-4 मिनट कर दें रैसट। तो 12:37 का टाइम हो गया तो मेरी सिस्टर की कॉल नहीं आई, मैंने लगा कि आके थोड़ा जा ब्रेकफास्ट कर लग जाती होंगी आ, तो उन्होंने वैदर सही होगा तो वॉक लीना चल गई होवे, नाले उन्हें लाने कॉल तो नाले थोड़ा जा लें ब्रेक कम तो। सत श्री अकाल जी मेरे वालों सारिआं नूं, मैं सोचा कि सत श्री अकाल बुला लैनी आ क्योंकि अज मैं काफ़ी लेट हो रही हूँ शावर करने लिए। कपड़े भी सैट कर लिया, सिस्टर नाल गल्लां भी कर लिया, तो मैं सत श्री अकाल बुलाई नहीं हैगी। तो मेरे वालों सत श्री अकाल सारिआं नूं, बहुत ही प्यार भरी तो थैंक यू सो मच मेरे व्लॉग्स नूं इन्ना ज़्यादा प्यार देने लिए। सच्ची मैनूं बिल्कुल भी उम्मीद नहीं सी ते तुसीं इन्ना मेरे व्लॉग्स नूं प्यार दोगे।
ਤੇ ਥੈਂਕ ਯੂ ਸੋ ਸੋ ਮੱਚ ਕਮੈਂਟਸ ਕਰਨ ਲਈ ਕਿਉਂਕਿ ਮੈਨੂੰ ਬਹੁਤ ਚੰਗਾ ਲੱਗਦਾ ਤੇ ਪਲੀਜ਼ ਕੀਪ ਗੋਇੰਗ ਤੇ ਇਸੇ ਤਰ੍ਹਾਂ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਬਹੁਤ ਚੰਗਾ ਲੱਗਦਾ ਹੈ ਤਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਕਮੈਂਟ ਤੇ ਮੈਨੂੰ ਬਹੁਤ ਚੰਗਾ ਲੱਗਦਾ ਤਾਂ ਵੈਸੇ ਤਾਂ ਆਪਣੀ ਗੱਲਬਾਤ ਨਹੀਂ ਹੁੰਦੀ ਹੈਗੀ ਤਾਂ ਇਸੇ ਰਾਹੀਂ ਆਪਣੀ ਗੱਲਬਾਤ ਵੀ ਹੋ ਜਾਇਆ ਕਰੂਗੀ ਤੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਆ ਕਰੋ ਯਾਦ ਦੇ ਨਾਲ ਤੇ ਆਪਣੇ ਵਰਗੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਜਿਸ ਤਰ੍ਹਾਂ ਤੁਸੀਂ ਹੁਣ ਕਰ ਰਹੇ ਹਾਂ ਤਾਂ ਇਸੇ ਤਰ੍ਹਾਂ ਆਪਣੇ ਵਰਗੇ ਪਿਆਰੇ ਜਿਹੇ ਫਰੈਂਡਸ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਕੰਟੀਨਿਊ ਤੇ ਹੁਣ ਮੈਂ ਜੀ ਖਾਣਾ ਬਣਾਉਣਾ ਆ ਭੁੱਖ ਲੱਗੀ ਆ ਜ਼ੋਰਾਂ ਦੀ ਤੇ ਆਪਾਂ ਬਣਾਉਂਦੇ ਹਾਂ ਖਾਣਾ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕਰਦੀ ਹਾਂ ਗੱਲ ਦੇਖੋ ਜੀ ਆਪਾਂ ਹਸਬੈਂਡ ਨੂੰ ਲਾਇਆ ਆ ਐੱਗ ਭਾਜੀ ਬਣਾਉਣਾ ਕਿਉਂਕਿ ਐੱਗ ਭਾਜੀ ਜਦੋਂ ਵੀ ਮੇਰੇ ਘਰ 'ਚ ਬਣਦੀ ਆ ਤਾਂ ਇਹਨਾਂ ਦੇ ਹੱਥਾਂ ਦੀ ਬਣਦੀ ਉਹ ਸਵਾਦ ਬਣਾਉਂਦੇ ਆ ਤਾਂ ਕਰਕੇ ਤੇ ਮੈਂ ਬਣਾਉਣੀ ਆ ਰੋਟੀ ਬਣਾਉਣੀ ਆ ਤੇ ਨਾਲ ਮੈਂ ਚਾਹ ਰੱਖੀ ਹੋਈ ਆ ਇਹ ਸਾਡਾ ਲੰਚ ਵੀ ਆ ਡਿਨਰ ਵੀ ਆ ਦੋ ਵਜ ਗਿਆ ਰਾਤ ਨੂੰ ਨਹੀਂ ਕੁਛ ਖਾਣਾ ਮੈਨੂੰ ਲੱਗਦਾ ਸੀ ਸਾਡਾ ਇਹੀ ਟਾਈਮ ਹੁੰਦਾ ਆ ਤੇ ਹੁਣ ਇਹ ਖਾ ਲੈਣਾ ਆ ਕਿਉਂਕਿ ਭੁੱਖ ਲੱਗੀ ਹੋਈ ਸੀ ਬ੍ਰੈਡ ਆਮਲੇਟ ਸੋਚ ਰਹੇ ਸੀ ਖਾਣ ਲਈ ਬਟ ਫਿਰ ਸੋਚਿਆ ਕਿ ਚਲੋ ਰੋਟੀ ਖਾ ਲੈਂਦੇ ਹੁਣ ਰਾਤ ਦਾ ਰਾਤ ਨੂੰ ਦੇਖੀ ਜਾਊਗਾ ਦੁੱਧ ਗਰਮ ਹੋ ਗਿਆ ਤੇ ਚਾਹ 'ਚ ਪਾ ਦਿੰਦੇ ਆਪਾਂ ਚਾਹ ਵੈਸੇ ਰੋਟੀ ਤੋਂ ਬਾਅਦ 'ਚ ਅਸੀਂ ਪੀਣੀ ਆ ਤੇ ਦੇਖੋ ਜੀ ਇਹ ਬਣ ਰਹੀ ਹੈ ਜੀ ਐੱਗ ਭੁੱਜੀ ਚਾਹ ਧਨੀਆ ਵਿੱਚ ਹੀ ਪਾ ਦੇਣਾ ਹੁਣ ਨਾਲ ਹੀ ਹਾਂਜੀ ਮੈਂ ਜਸਟ ਇੱਥੇ ਤਾਂ ਵੀ ਨਾਲ ਨਾਲ ਹੀ ਖੜੀ ਹਾਂ ਬਿਕੋਜ਼ ਮੈਂ ਸਾਰਾ ਸਮਾਨ ਨਾਲ ਨਾਲ ਸਮੇਟ ਦੇਣਾ ਨਹੀਂ ਤਾਂ ਫਿਰ ਖਲਾਰਾ ਬਹੁਤ ਪੈ ਜਾਂਦਾ ਚੀਜ਼ਾਂ ਦਾ ਇੱਕ ਜਦੋਂ ਹੀ ਪਲਾਸਟਿਕ ਹੁੰਦੀ ਹੈ ਨਾ ਮੈਂ ਨਾਲੋਂ ਨਾਲ ਹੀ ਸੈੱਟ ਦਿੰਦੀ ਹਾਂ ਬਾਹਰ ਦੇਖੋ ਰੇਲ ਹੋ ਰਹੀ ਆ ਕਿਉਂਕਿ ਵੱਡਾ ਬੈਗ ਲੱਗਾ ਹੀ ਹੁੰਦਾ ਕਿਉਂਕਿ ਪਲਾਸਟਿਕ ਜਿਹੜੀ ਹੈ ਨਾ ਘਰੇ ਪਤਾ ਨਹੀਂ ਲੱਗਦਾ ਫਿਰ ਇੱਕਦਮ ਬਹੁਤ ਜ਼ਿਆਦਾ ਇਕੱਠੀ ਹੋਣ ਲੱਗ ਜਾਂਦੀ ਆ ਹੈੱਡ ਭੁੱਜੀ ਜੀ ਬਣ ਕੇ ਰੈਡੀ ਹੋ ਚੁੱਕੀ ਆ ਮੈਂ ਬਣਾ ਲਾ ਹੁਣ ਰੋਟੀ ਭੁੱਖ ਕਿੰਨੀ ਜ਼ਿਆਦਾ ਲੱਗੀ ਆ ਭੁੱਖ ਮੈਂ ਕਿਹਾ ਲੱਗੀ ਆ ਡਿਨਰ ਬਹੁਤ ਘੱਟ ਹੁੰਦਾ ਹੈ ਖਾਣਾ ਬਣਾਉਂਦੀ ਬਣਾਉਂਦੀ ਨੂੰ ਇੱਕ ਗੱਲ ਚੇਤੇ ਆਈ ਕਿ ਸਾਡੀ ਵਲੋਗਰਾਂ ਦੀ ਤੁਸੀਂ ਇੱਕ ਚੀਜ਼ ਨੋਟ ਕੀਤੀ ਆ ਸਾਨੂੰ ਪਤਾ ਹੁੰਦਾ ਆ ਕਿ ਕੈਮਰਾ ਅਸੀਂ ਆਨ ਕੀਤਾ ਹੋਇਆ ਪਰ ਅਸੀਂ ਫਿਰ ਵੀ ਸ਼ੋਅ ਕਰੀਦਾ ਕਿ ਅਸੀਂ ਸਾਡਾ ਧਿਆਨ ਕੈਮਰੇ 'ਚ ਨਹੀਂ ਹੈਗਾ ਜਦੋਂ ਅਸੀਂ ਕੁਕਿੰਗ ਕਰ ਦਿੰਦੇ ਸਾਨੂੰ ਪਤਾ ਵੀ ਹੁੰਦਾ ਅਤੇ ਹੁਣ ਹੀ ਮੈਨੂੰ ਇਹ ਗੱਲ ਸੋਚ ਕੇ ਹਾਸਾ ਆ ਗਿਆ ਪਰ ਇਹ ਵੀ ਬਹੁਤ ਵੱਡੀ ਚੀਜ਼ ਆ ਕਿ ਤੁਸੀਂ ਆਪਣੇ ਆਪ ਨੂੰ ਦਿਖਾਉਣਾ ਕਿ ਤੁਹਾਡਾ ਧਿਆਨ ਪੂਰਾ ਕੰਮ ਦੇ ਵਿੱਚ ਆ ਅਤੇ ਕੈਮਰੇ ਵੱਲ ਨਹੀਂ ਹੈਗਾ ਗਾ ਜ਼ੂਮ ਤੇ ਹੁੰਦੇ ਆ ਜੀ ਆਹ ਦੇਖੋ ਕਿੰਨੀ ਲਾਈਟ ਪੈਂਦੀ ਆ ਹੁਣ ਜਾ ਕੇ ਸਹੀ ਦਿਸਦਾ ਆ ਹਨਾ ਹੁਣ ਹੋ ਚੁੱਕਿਆ ਜੀ 320 ਕਮਲ ਚੈੱਕ ਕਰ ਲਾ ਤੇਰੀ ਨਿਗਾਹ ਨਹੀਂ ਟੈਸਟ ਕਰਾਉਣ ਵਾਲੀ ਕਿਉਂਕਿ ਸਾਡੀ ਲਾਈਟ ਹੀ ਇੰਨੀ ਤੇਜ਼ ਆ ਤੇ ਉਹਦੇ ਕਰਕੇ ਨਾ ਟਾਈਮ ਦੱਸਦਾ ਨਹੀਂ ਮੈਨੂੰ ਹਾਸਾ ਹੀ ਆਈ ਜਾਂਦਾ ਅਤੇ ਅੱਜ ਹੈਗੀ ਆ ਜੀ ਅਪ੍ਰੈਲ 5 ਆ ਅਤੇ ਟਾਈਮ ਹੋ ਚੁੱਕਾ 320 ਦਾ ਕਮਲ ਲਈ ਸਪੈਸ਼ਲ ਬਣਾਈ ਆ ਮੈਂ ਕਿਹਾ ਕਿਤੇ ਨਿਗਾਹ ਨਾ ਕੁੜੀ ਕਰਵਾਉਣ ਚੱਲ ਜਾਵੇ ਹੁਣ ਦੱਸ ਨਹੀਂ ਕੀ ਹੋਇਆ ਕਮਲ ਨੇ ਨਾ ਮੈਸੇਜ ਕੀਤਾ ਸੀ ਕਹਿੰਦੀ ਮੈਨੂੰ ਨਾ ਜਦੋਂ ਵੀ ਤੂੰ ਟਾਈਮ ਦਿਖਾਉਂਦੀ ਆ ਵਲੋਗ 'ਚ ਮੈਂ ਦਿਖਾਉਂਦੀ ਹਾਂ ਅਤੇ ਕਦੇ ਵੀ ਟਾਈਮ ਦਿਸਦਾ ਨਹੀਂ ਹੁੰਦਾ ਗਾ ਜਦੋਂ ਮੈਂ ਕਲੋਕ ਵੱਲ ਨੂੰ ਘੁਮਾਉਂਦੀ ਹਾਂ ਮੈਂ ਹੁਣੀ ਨੋਟ ਕੀਤਾ ਕਿ ਕਿਉਂਕਿ ਆਪਣੀ ਲਾਈਟ ਜਿਹੜੀ ਆ ਹਨਾ ਕਾਫੀ ਤੇਜ਼ ਕਰਕੇ ਤੇ ਉਹ ਕਲੋਕ ਆਉਂਦਾ ਨਹੀਂ ਵਿੱਚ ਤੇ ਉਹਨੂੰ ਲੱਗਦਾ ਨਾ ਕਹਿੰਦੀ ਮੈਨੂੰ ਲੱਗਦਾ ਮੈਨੂੰ ਆਪਣੀ ਨਿਗਾਹ ਟੈਸਟ ਕਰਾਉਣੀ ਪੈਣੀ ਆ ਕਿਉਂਕਿ ਮੈਂ ਫਰੰਟ ਕੈਮਰੇ ਤੋਂ ਬਣਾਉਂਦੀ ਹਾਂ ਵੀਡੀਓ ਵੈਸੇ ਵੀ ਇੱਦਾਂ ਇੱਥੇ ਬੈਠ ਕੇ ਦਿਸਦਾ ਹੈ ਕਿਉਂਕਿ ਇੱਥੇ ਮੈਂ ਬਿਲਕੁਲ ਕਲੋਜ਼ ਬੈਠੀ ਹਾਂ ਅਤੇ ਹੁਣ ਮੈਂ ਅੱਗੇ ਤੋਂ ਧਿਆਨ ਰੱਖਿਆ ਕਰੂੰਗੀ ਕਿ ਕਮਲ ਲਈ ਸਪੈਸ਼ਲ ਆ ਨਾ ਉਹਨੂੰ ਟਾਈਮ ਦਿਖਾਵਾਂਗੇ ਕਿੰਨਾ ਟਾਈਮ ਹੋਇਆ ਨਿਗਾਹ ਨਾਲ ਟੈਸਟ ਕਰਾਉਣ ਚੱਲ ਜੀ ਕਿਤੇ ਸੱਚੀ ਕਿਉਂਕਿ ਮੇਰੀ ਲਾਈਟ ਹੀ ਇੰਨੀ ਤੇਜ਼ ਆ ਘਰ 'ਚ ਕਿਉਂਕਿ ਬਾਹਰਲੀ ਲਾਈਟ ਨਹੀਂ ਆਉਂਦੀ ਅਤੇ 24 ਆਵਰ ਡੇ ਲਾਈਟ ਜਿਹੜੀ ਮੈਂ ਕੀਤੀ ਹੋਈ ਉਹਦੇ ਕਰਕੇ ਨਾ ਉਹ ਸਾਰੇ ਪਾਸੇ ਫਿਰ ਸ਼ਾਈਨ ਜੀ ਉਹਦੀ ਪੈਂਦੀ ਰਹਿੰਦੀ ਆ ਨਾ ਤਾਂ ਕਰਕੇ ਹੁਣ ਮੈਂ ਸਾਰਾ ਦਿਨ ਹੱਸੀ ਜਾਣਾ ਇਹ ਗੱਲ ਸੋਚ ਸੋਚ ਕੇ ਮੈਂ ਕਿੰਨੀਆਂ ਇਹੋ ਜਿਹੀਆਂ ਗੱਲਾਂ ਕਰਨੀਆਂ ਸੀ ਤਾਂ ਪਹਿਲਾਂ ਮੈਂ ਸੋਚਿਆ ਕਿ ਮੈਂ ਸ਼ਾਵਰ ਕਰ ਲਾਂ ਫਿਰ ਗੱਲਾਂ ਕਰਨੀਆਂ ਪਰ ਜਦੋਂ ਮੈਂ ਦੇਖਿਆ ਮੇਰਾ ਵਲੋਗ ਜਿਹੜਾ ਆ ਉਹ ਕਾਫੀ ਬਣ ਚੁੱਕਾ ਆ ਆਲਰੇਡੀ ਅਤੇ ਫਿਰ ਮੈਂ ਸੋਚਿਆ ਕਿ ਇਸ ਵਲੋਗ ਨੂੰ ਇੱਥੇ ਹੀ
एंड कर दिता जाए तो नैक्सट वलॉग अपना शुरू कर लिया जाए, क्योंकि गल्लां तां बहुत ज़्यादा आ करन लई, तां फिर इस वलॉग लई फिर बहुत ज़्यादा लंबा हो जाना वलॉग। फिर यह भी हुंदा कि कई बार फिर बोर हो जाते बहुत लंबे वाले वलॉग देख के। तो प्लीज़ मैनू दस्यो कि तुहानू किस तरह के वलॉग पसंद आ, तो कम्यूनिटी नू चैक जरूर कर लिया करो। जिहड़ी मेरे यूट्यूब चैनल के उपर ना कम्यूनिटी का साइन आउंदा ना उपर, उहदे ते क्लिक करके जरूर देखा करो। उहदे ते मैं कुछ ना कुछ पोस्ट जरूर करती हुंदी आ तुहाडी सलाह लैण लई कि किस तरह के वलॉग तुहानू पसंद आ, जो भी आ है ना, तुसीं उह वी प्लीज़ जरूर चैक कर लिया करो। तो थैंक यू सो मच मेरा इन्ना साथ देण लई। तो इह सी जी अज दा मेरा बस छोटा जिहा प्यारा जिहा वलॉग। आई होप तुसीं इंजॉय कीता होगा, ਕੋਸ ਤੁਸੀਂ ਇੰਜੋਏ ਕੀਤਾ ਹੋਗਾ। ਜੇ ਤੁਸੀਂ ਮੇਰੇ ਵਲੌਗ ਨੂੰ, ਮੇਰੀਆਂ ਗੱਲਾਂ ਨੂੰ ਇੰਜੋਏ ਕਰਦੇ ਆ ਤਾਂ ਪਲੀਜ਼ ਮੇਰੇ ਵਲੌਗ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ। ਸਾਰਾ ਕੁਛ ਬਿਲਕੁਲ ਫ੍ਰੀ ਆ, ਬਿਲਕੁਲ ਮਨੀ ਨਹੀਂ ਲੱਗਦੀ। ਅਤੇ ਤੁਹਾਡੇ ਵਰਗੇ ਹੋਰ ਫਰੈਂਡਸ ਮੇਰੇ ਕੋਲ ਆਉਣਗੇ ਅਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਇਸ ਨਾਲ ਮੈਨੂੰ ਪਤਾ ਲੱਗਦਾ ਕਿ ਤੁਸੀਂ ਕੌਣ ਆ, ਕਿਸ ਤਰ੍ਹਾਂ ਮੇਰੇ ਨਾਲ ਗੱਲ ਕਰਦੇ, ਮੈਨੂੰ ਬਹੁਤ ਚੰਗਾ ਲੱਗਦਾ। ਅਤੇ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ, ਇੱਕ ਹੋਰ ਨਵੇਂ ਇੰਟਰਸਟਿੰਗ ਪਿਆਰੇ ਜਿਹੇ ਵਲੌਗ ਦੇ ਨਾਲ। ਉਦੋਂ ਤੱਕ ਲਈ ਜੀ ਰੱਬ ਰੱਖ, ਬਾਏ ਬਾਏ।